किन्ना क भजदी है? बड़ा भजदी है, तेरे नाल तेज भजदी है। आ जेड़ा मेरा कुकड़ है ना, अगे दस कुकड़ भी भजदा कोई नहीं, मैं तैनूं दसां। इहने इक्को फूक मारनी भज जाणा ई। ये फूक मारदी आ? आहो, ये फूक बड़े मारदी ऊ। ये कुत्ती तेरी दोंदी आ? दोंदी है ते बच्चे तू लै लई। लै बच्चे मैं लै लां, तैनूं कसूरा देंगा इहदा। इहदा मैनू कतूरा आ दी, जिहड़ा भजे ना, भजण वाली शायद मैनू नहीं कोई भी चंगी लगती। आ जा तैनूं पानी पियावां। तू पानी नूं रहन दे, तू ग्लूकोज आप लवा। आ ग्लूकोज लवा। आ वे कुकड़ मेरा, बदाम खांदा बदाम। ओए ये घिओ दियां नाला पींदी है, तू बदाम खांदा तू? ये घिओ ये जान ते च है नहीं, तो घिओ दियां नाला वी खांदी। ओए सर्दियां नूं तैयार करना ना, सर्दियां नूं इदों ओदां स्वैटर पाया कर। नहीं नहीं सर्दियां नूं पाछो ये भुड़के दा। अच्छा चल ठीक है, फिर शामी मिलते हैं। चल ठीक है जी। आहो उधर चल, उधर नूं, उधर नूं। किधर नूं? आ इधर नूं। भाई लताफ नूं सलाम कही मेरा। अच्छा हाँ जी, सलाम वालेकुम मियां साहब। वालेकुम सलाम। ओए फलकी ओए। हाँ जी। ओए आ की है, इहनूं कुकड़ नूं बगल च लई पेदा रहिंदा, की गल की है तैनूं? होर मियां साहब उरा सलाम वालेकुम। की हाल आ? की गल अज कल्ले बैठे हो? ओ गड्डी कटन गया मुंडा डेरे तो। अच्छा गड्डी लै के आउंदा हुण। होर तबीयत दी सुणाओ? बस शुक्र अलहमदुलिल्लाह, मेहमान आए सी आ, तेरे आउण तों पहलां उठ के गए। अच्छा जी, होर खैरां जी? की है बल्कि तू सारा दिन इहनूं लै के फिरी जांदा यार, इहनूं कितें इह तेरी बंदूक आ, अभी तेरी बंदूक आ, तेरा तहफ्फुज़ करदी है भी इहनूं कुकड़ नूं नाल लई फिरना। मियाँ साहब इह नस्ली कुकड़ आ, बंदूक वी इहदे अगे कुछ नहीं हैगी। लै कुछ नहीं, क्यों नहीं है? ਤੁਹਾਨੂੰ ਪਤਾ ਨਹੀਂ ਨਾ ਮੀਆਂ ਸਾਹਿਬ, ਤੁਸੀਂ ਬਸ ਕਰ ਦੇ ਯਾਰ। ਬੁਲਕੀ ਇੱਕ ਗੋਲੀ ਵੱਜਣੀ ਹੈ, ਇਹਨੇ ਤਾਰਾਂ ਨਾਲ ਇਹਨੇ ਜਾ ਲੱਗਣਾ ਹੈ। ਉਹ ਲਾ ਤੋ ਰਿਹਾ ਮੰਗੋ, ਗੋਲੀ ਵੱਜਣੀ ਹੈ ਗੋਲੀ। ਓਏ ਆ ਇੱਦਾਂ ਤਾਂ ਨਾ ਕਹਿ ਵੀ ਇਹ ਇੱਦਾਂ ਆ ਤੋ ਉੱਦਾਂ ਆ, ਇਹ ਕੀ ਆ? ਕੁਛ ਵੀ ਨਹੀਂ ਹੈ। ਗੋਲੀ ਉਹਨੂੰ ਵੱਜੇ ਜਿਹੜਾ ਇਹਦੇ ਮਤਲਬ ਗੋਲੀ ਦਾ ਸੋਚੇ। ਇਹ ਕੁੱਕੜ ਕਿਤੇ ਆਮ ਕੁੱਕੜ ਆ ਮੀਆਂ ਸਾਹਿਬ, ਇਹ ਸਾਡਾ ਖਾਨਦਾਨੀ ਕੁੱਕੜ ਆ। ਖਾਨਦਾਨੀ ਕੁੱਕੜ? ਹਾਂਜੀ ਖਾਨਦਾਨੀ ਕੁੱਕੜ। ਇਹ ਕੀ ਲੱਗਦਾ ਜੀ ਤੁਹਾਡਾ ਖਾਨਦਾਨੀ? ਇਹ ਮੇਰੇ ਦਾਦਾ ਜੀ ਦੀ ਨਿਸ਼ਾਨੀ ਆ, ਉਹਨਾਂ ਨੇ ਸਾਡੇ ਅੱਬੇ ਨੂੰ ਦਿੱਤਾ ਅਤੇ ਸਾਡੇ ਅੱਬੇ ਨੇ ਗਾਂ ਸਾਨੂੰ ਦਿੱਤਾ ਵਾ। ਕਿੱਡਾ ਤੇਰਾ ਦਾਦਾ ਨਲਾਇਕ ਹੈ ਯਾਰ, ਲੋਕਾਂ ਦੇ ਦਾਦੇ ਆ ਉਹ, ਜਾਇਦਾਦ ਦੇ ਕੇ ਜਾਂਦੇ, ਪ੍ਰਾਪਰਟੀਆਂ ਦੇ ਕੇ ਜਾਂਦੇ, ਮਾਲ ਡੰਗਰ ਦੇ ਕੇ ਜਾਂਦੇ ਆ, ਤੈਨੂੰ ਉਹ 600 ਦਾ ਕੁੱਕੜ ਦੇ ਕੇ ਤੂੰ ਉਹਨੇ ਚ ਰਾਜ਼ੀ? ਉਹ ਮੀਆਂ ਸਾਹਿਬ ਆ 600 ਦਾ ਵਾ। ਉਹ 600 ਦਾ ਆ, ਹੋਰ ਇਹ ਕਿਤੇ 22,000 ਦਾ ਆ। ਉਹ ਮੀਆਂ ਸਾਹਿਬ ਅਸੀਂ ਜਿਹੜਾ 6 ਮਰਲੇ ਦਾ ਪਲਾਟ ਲਿਆ ਸਾਨੂੰ ਇਹਨੇ ਲੈ ਕੇ ਦਿੱਤਾ ਵਾ, ਇਹ ਬਾਜੀ ਜਿੱਤਿਆ ਕੁਜਰਾਂ ਵਾਲੇ 'ਚੋਂ, ਉੱਥੇ ਪੂਰਾ ਪਲਾਟ ਲੱਗਾ ਹੋਇਆ ਸੀ 6 ਲੱਖ ਦਾ ਆਉਂਦੇ ਸੀ। ਕੀ ਇਹਨੂੰ ਤਾਸ਼ ਦਿਲਾਇਆ ਇਹਨੂੰ? ਉਹ ਨਹੀਂ ਇਹ ਲੜਦਾ ਵਾ ਮੀਆਂ ਸਾਹਿਬ। ਉਹ ਇਹ ਹਾਲਾਤਾਂ ਨਾਲ ਲੜਦਾ ਆ, ਉਹਨੂੰ ਪਤਾ ਵੀ ਯਾਰ ਮੇਰੇ ਮਾਲਕ ਕੋ ਕੁਛ ਨਹੀਂ ਖਾਣ ਨੂੰ, ਇਹਨੇ ਮੈਨੂੰ ਕੀ ਪਾਉਣਾ ਹੈ? ਆਵੇ ਉਸ ਜਿਹੜਾ ਸੁੱਤਾ ਆ ਵੇਖ, ਉਹ ਸੁੱਤਾ ਹੀ ਇੰਜਾਂ ਨੂੰ ਪਤਾ ਨਹੀਂ ਕਰੂੰਦਾ ਤੂੰ ਲੈ ਕੇ ਟੁਰਿਆ ਹੈ। ਨਹੀਂ ਨਹੀਂ ਇਹ ਮੇਰੀ ਝੋਲੀ 'ਚ ਇੱਦਾਂ ਹੀ ਆਰਾਮ ਕਰਦਾ, ਉਹਨੂੰ ਸਕੂਨ ਲੱਭਦਾ। ਆਰਾਮ ਨਹੀਂ ਕਰਦਾ, ਤੇਰੀ ਝੋਲੀ 'ਚ ਉਹਨੂੰ ਸਮੈਲ ਆਉਂਦੀ ਹੈ। ਉਹ ਆਜ਼ਾਦ ਹੈਗੇ, ਉਹਨਾਂ ਨੂੰ ਫਿਰਨ ਦੇ, ਉਹਨਾਂ ਨੂੰ ਕੋਈ ਛੱਡ, ਉਹਨਾਂ ਨੂੰ ਕੋਈ, ਤੂੰ ਐਵੇਂ ਬਗਲ 'ਚ ਲਿਆ, ਤੇਰਾ ਪਤਾ ਨਹੀਂ ਚਮੋਟਾ ਆਇਆ ਇਹ। ਉਹ ਮੀਆਂ ਸਾਹਿਬ ਤੁਹਾਨੂੰ ਇਸ ਗੱਲ ਦਾ ਹੀ ਨਹੀਂ ਪਤਾ? ਮੈਨੂੰ ਇਸ ਗੱਲ ਦਾ ਨਹੀਂ ਪਤਾ, ਗੱਲ ਬੜੀ ਉਹ 'ਤੇ ਕਿਤੇ ਬਹੁਤ ਅਹਿਮ ਹੋ ਰਹੀ ਹੈ ਵੀ ਜਾਨਵਰ ਹੈਗਾ ਉਹਨੂੰ ਤੂੰ ਐਵੇਂ ਸਾਹ ਘੁੱਟਿਆ, ਉਹਨੂੰ ਛੱਡ ਕੇ ਤਾਂ ਫਿਰੇ ਤੁਰੇ। ਉਹ ਨਹੀਂ ਮੀਆਂ ਸਾਹਿਬ ਤੁਸੀਂ ਇਸ ਗੱਲ ਨੂੰ ਛੱਡਦੇ ਹੋ, ਤੁਹਾਨੂੰ ਨਹੀਂ ਪਤਾ ਇਹ ਕਿਹੜੀ ਨਸਲ ਆ? ਇਹ ਗੰਦੀ ਨਸਲ ਆ, ਅਤੇ ਗੰਦੀ ਨਸਲ ਵਾਲਾ ਹੀ ਚੁੱਕੀ ਫਿਰਨ ਡਿਆ ਇਹਨੂੰ ਬਾਹਰ ਛੱਡ ਕੇ ਤਾਂ ਪਾਣੀ ਪੂਣੀ ਪੀਵੇ, ਇਹਨੂੰ ਆਜ਼ਾਦ ਕਰ। ਉਹ ਮੀਆਂ ਸਾਹਿਬ ਇਹਨੂੰ ਸਾਰਾ ਕੁਛ ਪਿਆਈਦਾ ਵਾ, ਅਗਲਾ ਗਿਰੀਆਂ ਬਦਾਮਾਂ ਵਾਲੀ ਸਵੇਰੇ ਸਵੇਰੇ ਸਰਦਾਈ ਪੀਂਦਾ ਵਾ, ਪਾਣੀ ਕਿਤੇ ਮਗਰ ਰਹਿ ਗਿਆ ਵਾ। ਉਹ ਕਿੱਥੋਂ ਪੀਂਦਾ ਜੀ ਗਿਰੀਆਂ ਬਰ ਬਦਾਮਾਂ ਵਾਲੀ? ਉਹ ਮੀਆਂ ਸਾਹਿਬ ਜਿੰਨੇ ਵੀ ਕੁੱਕੜ ਰੱਖਿਆ ਆਪ ਕੁਛ ਖਾਵੇ ਨਾ ਖਾਵੇ ਕੁੱਕੜ ਨੂੰ ਪਾਉਂਦਾ ਵਾ, ਮੈਂ ਪਾਉਂਦਾ ਇਹਨੂੰ। ਉਹ ਤੈਨੂੰ ਆਪ ਨੂੰ ਤਾਂ ਕੁਛ ਮਿਲਦਾ ਨਹੀਂ, ਤੂੰ ਬਦਾਮ ਕਿੱਥੋਂ ਇਹਨੂੰ ਗੋਲੇ ਵਾਲੀ ਤੂੰ ਰੇਹੜੀ ਲਾਉਂਦਾ ਹੈ? ਅਤੇ ਗੋਲੇ ਵਾਲੀ ਆਹੋ, ਤੇਲੀ ਦਾ ਇੱਕ ਗੋਲਾ, ਰੁਪਈਏ ਦਾ ਇੱਕ ਗੋਲਾ ਆ, ਤੂੰ ਉਹਨੂੰ ਕਿੰਨੇ ਕੁ ਬਦਾਮ ਖਿਲਾਉਂਦਾ ਹੋਏਗਾ? ਉਹ ਇਹਨੂੰ ਮੈਂ ਸਵੇਰੇ ਸਵੇਰੇ 7 ਗਿਰੀਆਂ ਰਾਤ ਨੂੰ ਭਿਉਂਦੀਆਂ ਵਾਂ, ਸਵੇਰੇ ਉੱਠ ਕੇ ਰਗੜ ਕੇ ਕਾਲੀ ਮਿਰਚ ਪਾ ਕੇ ਵਿੱਚ ਚੀਨੀ ਪਾ ਕੇ ਗਲੋ ਜਵੈਣ ਪਾ ਕੇ ਉਹ ਮੈਂ ਸਰਦਾਈ ਬਣਾ ਕੇ ਇਹਨੂੰ ਪਿਆਉਂਦਾ। ਕੁੱਕੜ ਨਾ ਹੋਇਆ ਤੇਰਾ ਬੇਨੋਈ ਹੋ ਗਿਆ ਜਿਹੜੀ ਐਡੀ ਹਫਾਜ਼ਤ ਕਰਨ ਡਿਆ। ਉਹ ਮੀਆਂ ਸਾਹਿਬ ਸਾਡੇ ਵਾਲਦ ਸਾਹਿਬ ਨੇ ਸਾਨੂੰ ਨਸੀਹਤ ਕੀਤੀ, ਜਿੱਦਾਂ ਉਹਨਾਂ ਦੇ ਅੱਬਾ ਜੀ ਨੇ ਸਾਡੇ ਅੱਬੇ ਨਸੀਹਤ ਕੀਤੀ, ਉੱਦਾਂ ਸਾਡੇ ਅੱਬੇ ਨੇ ਸਾਨੂੰ ਨਸੀਹਤ ਕੀਤੀ ਕਿ ਮੇਰੇ ਮਰਨ ਤੋਂ ਬਾਅਦ ਪੱਗ ਮੇਰੇ ਕਿਸੇ ਪੁੱਤ ਦੇ ਸਿਰ 'ਤੇ ਨਾ ਆਵੇ, ਕੁੱਕੜ ਦੇ ਸਿਰ 'ਤੇ ਆਵੇ। ਇਹਦੇ ਸਿਰ 'ਤੇ ਤਾਂ ਪੱਗ ਆਉਣੀ ਹੀ ਨਹੀਂ, ਇਹਦੇ ਸਿਰ 'ਤੇ ਪੱਟੀ ਬੰਨਣੀ ਪੈਣੀ ਹੈ ਜ਼ਖਮ ਵਾਲੀ, ਉਹ ਐਂ ਕਰਕੇ ਬੰਨਣੀ ਪੈਣੀ ਹੈ, ਉਹਦਾ ਐਂ ਕਰਕੇ ਨਿੱਕਾ ਜਿਹਾ ਤੁਰਲਾ ਛੱਡਣਾ ਪੈਣਾ। ਉਹ ਨਹੀਂ ਮੀਆਂ ਸਾਹਿਬ, ਇਹ ਪਚੈਤਾਂ ਵਾਲਾ ਕੁੱਕੜ ਆ, ਇਹ ਐਵੀਂ ਝੈਵੀਂ ਦਾ ਕੁੱਕੜ ਨਹੀਂ ਹੈਗਾ। ਜਿਹੜੇ ਤੇਰੇ
मामे मुंडिया ने फैसले नहीं किए हैं वो मरनो आवाजार होया प्यास उन्होंने लगी है वो बोली जाता है तू गल करी जान डे वो मियाँ साहब इनू कुछ भी नहीं है ले इन मैं हूँ छड़ा ना तो ते सिर के जड़े वार रह गए ये भी ना छे मैं तो उदा कहना मैं ढा हजार करदा यही किसी का भी करता तत्ता बहुत आए लै तत्ता बहुत तत्ता ही होना है जो बगल च ले आया बगल च कह तू एग्जास्ट फैन लवाया है भी उन्होंने हवा लगती है तेरी अपने सेक मारनी है सेक के नाल ही बेचारा वह अखा बंद हो नहीं ये तत्ते रहने चाहिए आए फलकी इन्हू छ पुत रेहड़ी लाया कर तो बच्चों का रिजक कमा कि काम में शुरू होया तो रेहड़ी तो मैं जिन्हें पैसे महीने बाद कमा ना यदि एक बाजी की मार है एक यदि कितने लड़ाई करा दें तो अल्लाह के हुक्म ना 40-50 हज़ार रुपया भी लड़ाई मैं रखवा देवा कि हैगा मुंडा मलका का वो कुकड़ कहें महल आओ जो मुंडा वा वो किसी मुंडे ना रखाओ ये कुकड़ है यदि कुकड़ ना लड़ाई होनी है ये कुकड़ तत्ता ना तो इन्हें सानू ठंडिया किया वा इन्हें सानू फ्रिजा के मूँह विखाए आ पहली बाजी जी मैं 30,000 की जितया वा 22,500 की कार फ्रिज लिया कार फ्रिज कि घर तो तेरे बत्ती नहीं गई खेत तेरा एक ही कार आ घर तो तेरे बत्ती नहीं गई हैगी तो फ्रिज कि जमीनी आसमानी बिजली चलन डी तो मैं कदों कहता चलाई आ उदा ही पई है जिदा की लियादी उदा ही पई अजय मीटर लगना आ दरखास्त देनी है तेरे को पैसे पहली गल तेरे को पैसे ही नहीं होने है कि मीटर लगाने जो गोले तो बेचन डे आए दस दे मैनू ना ना गुस्सा ना कर अपना ही पिया गोले बेचे किन्ने पैसे बनते 10 रुपए के हिसाब से 500 रुपया है 500 रुपया मीटर जरा 550 का लगता तो लवा लेंगे मीटर केड़ा एडा काला पिया वा 10,000 रुपया तो फलकी रिश्वत ले लेंगे अगले दरखास्त लैन दे वो मियाँ साहब जिन्हों के मीटर लगे है ना वो लवाने फिरन दे जिन्ना बिल आन दे वा मैं तो ता रुके वा अद तू लवा ही ना वो फ्रिज के कपड़े रखी जाए इस्त्री करके पर वेख्या बारो इस्त्री करवा ला कोले लिया के अच्छा उन्होंने कपड़े रखी जाए अगर जुतियां रखी जाए सैंडल रखी जाए ये बड़ा कुकड़ आ तेरे को मोबाइल हैगा ये मैं पर खोला वेखे वे किन्ने सिग्नल आ मैं मेरे को इन्ना टाइम नहीं मैं तेरे पर वेखा जी वेखा लै कुकड़ नु खारिश पई है और पर ला दिया है वो नहीं ये झड़ते हैं पर जो तत्ता होंगे उदो पर आप अपने तेन जो पता भी झड़ते यार थले भांडा रख लिया कर आप जो चढ़े ले भी ला के फेल आते उ ओ नहीं मियाँ साहब आ संजय दत्त नहीं वो जड़िया ओ बा ओदियां इंडिया गंदे दत्त जेड़े तेन मैं गल कहना वो ते गौर कर नहीं वो परे बार्डरों पार जेड़ा हीरो एदे वाले वेख के उन्हें वाल रखे सी आ वेख ऐ वेख मियाँ मियाँ साहब बच्चे नु पढ़ा फलकी ना ऐसे काम कर यार बच्चे तेरे निक निके उन्होंने स्कूल च पा मैं बच्चों ने जाए सिखाउंदे आ कुकड़ नु लड़ाई दा किदां वा ये साडा खानदानी काम आ ये अल्लाह जानदा ही काम तेरे सारे खानदान नु जानदा तेरे ताया नु भी चाचियां भी आ कुकड़ सिर्फ तेरे को ही है अल्लाह जनता जिकार देवे मेरी दादी नू एडी नेक एडी चंगी बई सारे इलाके नू पता भी सा मेरा अब्बा इको एक सी उदा इको एक पुत सी उन्हें पुत नहीं हो सांभे आ कुकड़ सांभे दादी भी नलायक आ जिन्हें औलाद दे नाल प्यार नहीं है तो कुकड़ नाल प्यार है पुत्र का प्यार नहीं किया है जिन्हें मरद उन्हें मुँह च पानी पाना जिन्हें डॉक्टर से लैके जाना जिदी खिदमत करनी है ठीक है यदा की है दादी जो तेरी आखिरी सामा तो होनी है इनू डकया होना तू क्यों डकया होना डकया ही होना है वह भी जी जो भुखा हो तेन खाने मिलना नहीं यू तू देना नहीं है तेन तो कुकड़ मेरे अवे वास्ते पाउन डे अखा कर किस जालम को मेरी जान छड़ा आवे जोड़ा कुकड़ वो कुकड़ लूमा से काम करता सुता ही नहीं उठन डे कि रात लाइया इन्हें और समझ लो झोली जी रास बैठी उन्हें झोली है अड्डी है भी लवे मेरे मालक न मौला कि मेरी जान छुटे दादी मेरी ने आख्या भी जनाजे अगे गैस जाता वा मेरे जनाजे अगे कुकड़ लैके जाना वा आओ चलो चार जने जनाजे को कंधा दे देंगे कुकड़ गैस फड़ के टुरै जाएगा नाल नाल किसी टोए के दादी लैके कि डुब ना जाइए फिर डिग ना जाइए दादी नसीहत कर गुस्सा ना कर गुस्सा ना गुस्सा ना कर और तकलीफ आन डी ओनू छड़ दे फलकी किसी का गल माले छड़ दे इनू मैं छड़ दवा मैनू नहीं छड़ लै तेनू नहीं छड़ ये वह कुकड़ा भी असी रात को वेड़े च खुला छड़ी दा मजाल चोड़ दी अंदर आज चोर नहीं हो अंदर आ सकता मियाँ ये होंगे चोर न पता है भी एडे मस्कीन है मैं एक चुकड़ा इन्होंने 35 मेते पा देने उन्होंने पता मैं एक कुकड़ दे 40 कुकड़ मेते पा देने ठीक है कि नहीं उन्हें चार दिन एवं मार खाई जानी जिम्मे सबाब का काम होंगे उस तो तेरे पता पुलिस वाले तो अला काम दे जिन्हें जाच सीखनी चोर तो सीखता
ਜਿਹਨੂੰ ਛਿੱਤਰ ਨਹੀਂ ਚਲਾਉਣਾ ਆਉਂਦਾ ਉਹਨੂੰ ਅਗਲੇ ਕਹਿੰਦੇ ਆ ਵੀ ਸ਼ੀਰ ਇੱਧਰ ਆ ਓਏ ਇੱਧਰ ਛਿੱਤਰ ਫੜ ਇੱਦਾਂ ਮਾਰਨਾ ਕੈਸੀ ਤੂੰ ਗੱਲ ਕਰੀ ਜਾਣ ਡਿਆ ਉਹ ਮੀਆਂ ਸਾਹਿਬ ਇਹ ਕੁੱਕੜ ਜਿਹੜਾ ਨਾ ਸਾਡੇ ਘਰ ਕੋਈ ਰਿਸ਼ਤਾ ਹੋਵੇ ਕੁਛ ਹੋਵੇ ਸਾਡਾ ਸਿਆਣਾ ਕੋਈ ਬੈਠੇ ਨਾ ਬੈਠੇ ਕੁੱਕੜ ਵਿੱਚ ਬਹਿੰਦਾ ਵਾ ਇਹਦੀ ਮਰਜ਼ੀ ਤੋਂ ਬਗੈਰ ਰਿਸ਼ਤਾ ਨਹੀਂ ਹੁੰਦਾ ਤੁਹਾਡਾ ਹਾਂਜੀ ਇਹਨੇ ਕੀ ਕਹਿਣਾ ਹੁੰਦਾ ਇਹ ਉੱਥੇ ਬੋਲਦਾ ਵਾ ਇਹ ਜੇ ਜਿਸ ਰਿਸ਼ਤੇ 'ਤੇ ਬੋਲੇ ਨਾ ਚੰਗਾ ਰੱਜ ਕੇ ਕੀਕਲੀਆਂ ਪਾਵੇ ਇੰਝ ਇੰਝ ਪਾਰ ਅੜਾਵੇ ਇੰਝ ਇੰਝ ਕਰਕੇ ਅੱਜ ਤਾਂ ਹੁਣ ਬੋਲਣ ਦੇ ਆ ਉਹਦਾ ਮਤਲਬ ਖੁਸ਼ ਆ ਕੀ ਕਿਹਾ ਉਹਨੇ ਹੁਣ ਕੀ ਕਿਹਾ ਉਹਨੇ ਕਿਹਾ ਬਕਵਾਸ ਨਾ ਕਰੋ ਲਾਂਤੀਏ ਚੁੱਪ ਕਰ ਇਹ ਕਹਿ ਕੇ ਹਟਿਆ ਤੈਨੂੰ ਪਤਾ ਉਹਨੂੰ ਕੀ ਕਿਹਾ ਹੁਣ ਪਤਾ ਨਹੀਂ ਫਿਰ ਤੁਹਾਡੇ ਨਾਲ ਇਹਦਾ ਸਲਾਈ ਪਿਆ ਹੋਣਾ ਮੇਰੇ ਨਾਲ ਤਾਂ ਇਹੋ ਜਿਹੀ ਗੱਲ ਇਹਨੇ ਕਦੀ ਨਹੀਂ ਕੀਤੀ ਇਹਨੂੰ ਛੱਡ ਦੇ ਯਾਰ ਹਵਾਰ ਛੱਡ ਮੀਆਂ ਸਾਹਿਬ ਉਹ ਮੀਆਂ ਸਾਹਿਬ ਨਾ ਕਰੋ ਫਿਰ ਤੁਸੀਂ ਕੁਛ ਨਹੀਂ ਹੁੰਦਾ ਉਹ ਮੀਆਂ ਸਾਹਿਬ ਤਿੰਨ ਟਾਂਕੇ ਲੱਗਣੇ ਆ ਇਹਦਾ ਕਿੱਲ ਵੇਖੋ ਕਿੱਡਾ ਕਿੱਡਾ ਵਾ ਇਹ ਗੁੱਸੇ ਦਾ ਬੜਾ ਕੁਛ ਨਹੀਂ ਕੁਛ ਨਹੀਂ 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 ਕੁਛ ਵੀ ਕਹਿਣਾ ਉਹ ਨਹੀਂ ਕੁਛ ਵੀ ਕਹਿਣਾ ਆਪਣੇ ਪਿੰਡ ਦਾ ਮੀਆਂ ਵਾ ਉਹ ਖੈਰ ਲਵਾ ਲੂਗਾ ਵਾਲ ਉਹਨੇ ਬੜਾ ਬਗਲ 'ਚ ਪਿਸਤੌਲ ਕੱਢ ਲਿਆ ਜਿਹੜਾ ਉਹਨੇ ਮੇਰੇ ਵਾਲ ਸਿੱਧਾ ਹੀ ਕਰ ਲਿਆ ਮੈਂ ਘਬਰਾ ਗਿਆ ਹੋ ਪਿਸਤੌਲ ਦੀ ਗੋਲੀ ਐਡੀ ਆ ਇਹਦਾ ਕਿੱਲ ਐਡਾ ਵਾ ਇਹ ਪੂਰਾ ਪਾੜ ਪਾ ਦਿੰਦਾ ਵਾ ਇਹਦੀ ਇੰਨੀ ਕੁ ਨਾੜ ਆ ਸ਼ਾਰਕ ਦੀ ਜਿਹੜੀ ਮੈਂ ਕਰਕੇ ਨਾ ਐਂ ਕਰਕੇ ਤੇਰੀ ਚਾਬੀ ਦੇ ਨਾਲ ਹੀ ਨਾ ਚਾਬੀ ਲੈ ਕੇ ਉਹਨੂੰ ਐਂ ਫੇਰ ਦੇ ਨਹੀਂ ਉਹ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਲੈ ਜਾਨ ਛਡਾ ਸਲਾਮਤੀ ਕੋਲੋਂ ਉਹ ਕੋਈ ਨਹੀਂ ਉਹ ਯਾਰ ਮੀਆਂ ਤੈਨੂੰ ਛਡਾਉਣਾ ਨਹੀਂ ਕਿਸੇ ਨਾਲ ਮੈਂ ਤੈਨੂੰ ਇੰਨਾ ਕੁ ਦੱਸ ਦਿੱਤਾ ਇਹਨੇ ਤੇਰਾ ਬਹੁਤ ਬੁਰਾ ਹਾਲ ਕਰਨਾ ਮੈਨੂੰ ਇੱਥੋਂ ਫੜਨਾ ਨਾ 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 ਕੋਈ ਨਹੀਂ ਆਪਣਾ ਹੀ ਆ ਆਪਣਾ ਹੀ ਆ ਆਪਣਾ ਹੀ ਆ ਆਪਣਾ ਹੀ ਆ ਐਡਾ ਤਾਰਫ ਕਰਾਉਂਦਾ ਆਪਣਾ ਹੀ ਆ ਖੁਲਾਸ ਲੋਏ 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 ਖੁਲਾਸ ਲੋਏ 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 ਇੱਕ ਮਿੰਟ ਲੱਖ ਲਾਰਤ ਦਿੱਤੇ ਕਿੰਨੇ ਦੇਰ ਹੋ ਗਈ ਤੈਨੂੰ ਕੁੱਕੜ ਲੜਾਉਂਦੇ ਆ ਮੇਰੇ ਜੰਮਣ ਤੋਂ ਪਹਿਲੇ ਦਾ ਕੁੱਕੜ ਆ ਜਿਹੜੀ ਤੂੰ ਹਲੋ ਹਲੋ ਕਰਨੇ ਆ ਇਹ ਕੁੱਕੜ ਵਾਸਤੇ ਹੁੰਦੀ ਕਾਹਦੇ ਵਾਸਤੇ ਕੁੱਤਾ ਲੜਾਉਣ ਵਾਸਤੇ ਹੁੰਦੀ ਜਿਹੜੀ ਤੂੰ ਕਹੀ ਨਾ ਤੂੰ ਕੁੱਕੜ ਤੇ ਲਾਈ ਆ ਉਹ ਸਾਡੇ ਘਰ ਹੁੰਦਾ ਸੀ ਕੁੱਤਾ ਮੈਨੂੰ ਆਉਂਦਾ ਹੀ ਇਹ ਖੁਲਾਸ ਲੋਏ 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 ਇਹੀ ਆਉਂਦਾ ਮੈਨੂੰ ਇਹੀ ਕਿਹਨੂੰ ਛੱਡ ਗਿਆ ਕਿੱਥੇ ਛੱਡ ਗਿਆ ਮੈਂ ਗੱਲਾਂ ਕਰ ਚੱਲ ਉਹਨੇ ਫੜਾ ਲੈ ਨਹੀਂ ਲੈ ਮੇਰੇ ਕੋਲ ਇੱਕ ਗੱਲ ਹੁੰਦੀ ਨੇ ਪੈ ਲੈਣੇ ਤੂੰ ਕਿਹਦੇ ਇਹਦੇ ਮੀਆਂ ਤੇਰੇ ਦੋ ਮਰੱਬੇ ਆ ਉਹ ਤੇ ਇੰਨੇ ਹੀ ਖਾ ਜਾਣੇ ਓਏ ਆਹੋ ਉਹ ਤਾਂ ਮੈਂ ਪਿਆਲੀ 'ਚ ਰੱਖ ਕੇ ਆਇਆ ਇੱਕ ਸੇਬ ਦਾ ਅਤੇ ਇੱਕ ਗਾਜਰ ਦਾ ਆ ਉਹ ਖਾ ਲਏਗਾ ਕੋਈ ਗੱਲ ਨਹੀਂ ਫਿਰ ਕੀ ਇਹ ਕੁੱਕੜ ਦਾ ਤੂੰ ਮੁੱਲ ਨਹੀਂ ਦੇ ਸਕਦਾ ਮੀਆਂ ਕਿਰਾਏ 'ਤੇ ਆ ਜਾਏਗਾ ਤੇਰੀ ਚੰਗੀ ਭਲੀ ਕੋਠੀ ਆ ਗੱਡੀਆਂ ਮਾਲ ਡੰਗਰ ਡੇਰਾ ਵਾ ਸਾਰਾ ਕੁਝ ਵਿਕ ਜਾਣਾ ਵਾ ਕੁੱਕੜ ਮਹਿੰਗਾ ਵਾ ਹੈ ਹਾਂਜੀ ਉਹ ਕੁੱਕੜ ਦੋ ਮੇਰਾ 1700-1800 ਰੁਪਏ ਕਿਲੋ ਆ ਦੇਸੀ ਉਹ ਹੋਰ ਆ ਫਿਰ ਇਹ ਹੀ ਆ ਲਾਲ ਕੁੱਕੜ ਹੁੰਦੇ ਉਹ ਨਹੀਂ ਨਹੀਂ ਉਹ ਇਹ ਹੋਰ ਆ ਕੁੱਕੜ ਇਹ ਸੀਲ ਕੁੱਕੜ ਆ ਸੀਲ ਹਾਂਜੀ ਇਹ ਪਹਾੜਾਂ ਤੋਂ ਐਂ ਉੱਡ ਕੇ ਆਉਂਦਾ ਚੂਚਾ ਚੁੱਕ ਕੇ ਫਿਰ ਚੱਲ ਜਾਂਦਾ ਵਾ ਐਡਾ ਡਰਾਉਣ ਕੁੱਕੜ ਤੇਰਾ ਕੀ ਆ ਥੱਲੇ ਆਉਂਦਾ ਆ ਤੇ ਚੁੱਕ ਕੇ ਲੈ ਜਾਂਦਾ ਓਏ ਉਹ ਜਾਨਵਰ ਹੋਰ ਆ ਉਹ ਜਿਹੜਾ ਐਂ ਕਰਕੇ ਆਉਂਦਾ ਆ ਮੱਛੀ ਚੁੱਕ ਕੇ ਉੱਪਰ ਚਲੇ ਜਾਂਦਾ ਪਾਣੀ 'ਚੋਂ ਉਹ ਹੋਰ ਜਾਨਵਰ ਆ ਉਹ ਵੀ ਇਹ ਖਾ ਲੈਂਦਾ ਵਾ ਲੈ ਖਾ ਲੈਂਦਾ ਆ ਉਹ ਜਾਨਵਰ ਵੀ ਇਹ ਖਾ ਲੈਂਦਾ ਸਾਰੀ ਜ਼ਿੰਦਗੀ ਕੁੰਡਾ ਲੈ ਕੇ ਤੁਸੀਂ ਸਾਰਾ ਜੀ ਆਲੇ ਦੁਆਲੇ ਬੈਠੇ ਹੁੰਦੇ ਆ ਹੈ ਉਹ ਮੀਆਂ ਆਮ ਕੁੱਕੜਾ ਕੁੰਡਾ ਦੇਈਂਦਾ ਖਾਂਦਾ ਸਵੇਰ ਸਵੇਰੇ ਉਹ ਮੈਂ ਤੈਨੂੰ ਜਾਣਦਾ ਜਿੱਡਾ ਕਿ ਤੂੰ ਬੰਦਾ ਆ ਬੜਾ ਗੁਰਬਤ ਨਮਾ ਤੁਹਾਡਾ ਘਰ ਆ ਸਮਝ ਲੱਗੀ ਕਿ ਨਹੀਂ ਤੇਰੀ ਅੰਮੀ ਪਾਈਆ ਦਹੀਂ ਮੰਗਾਉਂਦੀ ਆ ਸਮਝ ਲੱਗੀ ਕਿ ਨਹੀਂ ਤੂੰ ਮਾਸਕੀ ਉੱਤੇ ਲਾ ਦਿੰਦੀ ਆ ਵੀ ਇਹ 'ਚ ਇੰਨਾ ਕੁ ਪਾਣੀ ਪਾਉਣਾ ਆ ਜਿਹਦੇ ਵਿੱਚ ਕਿਲੋ ਮਿਰਚਾਂ ਸਿੱਟ ਕੇ ਸਾਰੇ ਰੋਟੀਆਂ ਲੈ ਕੇ ਆਲੇ ਦੁਆਲੇ ਬੈਠੇ ਐਡੀ ਪਤਲੀ ਚਟਣੀ ਜਿਹੜੀ ਆ ਉਹ ਵੈਸੇ ਹੀ ਖਾਣਾ ਹਰਾਮ ਹੋਈ ਆ ਉਹ ਤਾਂ ਅਸੀਂ ਖਾਂਦੇ ਹਾਂ ਨਾ ਇਹ ਕੁੰਡਾ ਦਹੀਂ ਦਾ ਖਾਂਦਾ ਵਾ ਲੈ ਕੁੰਡਾ ਦਹੀਂ ਦਾ ਇਹ ਫਿਰ ਦਹੀਂ ਦਾ ਨਹੀਂ ਖਾਂਦਾ ਵਾਲੇ ਕੁੰਡਾ ਖਾਂਦਾ ਹੋਣਾ ਜਿਹੜਾ ਕੁੰਡਾ ਨਹੀਂ ਹੁੰਦਾ ਹਾਂ ਉਹ ਖਾਂਦਾ ਹੈ ਮੀਆਂ ਸਾਹਿਬ ਇਹਦੀ 55 ਪਿੰਡ ਦੇ ਵਿੱਚ ਮੈਂ ਕੁੱਕੜ ਨਾਲ ਇੰਝ ਕਰਕੇ ਲੜਾਈ ਕਰਵਾਈ ਆ ਬਈ ਇਹਨੇ ਪੱਠਾ ਜਿੱਤਿਆ ਪੱਠਾ ਪੂਰਾ ਉਹਨਾਂ ਨੇ ਕਿਹਾ ਪੱਠਾ ਦਾ ਤੇ ਲਾਤਾ ਚੌਰੀਆਂ ਨੇ ਉੱਥੋਂ ਦੇ ਪੱਠੇ ਦੇ ਪੈਸੇ ਕਿੱਥੇ ਆ ਉਹ ਫਿਰ ਪੱਠਾ ਬਹਿ ਗਿਆ ਸੀ ਉਹ ਫਿਰ ਅਸੀਂ ਲਿਆਂਦਾ ਹੀ ਨਹੀਂ ਕੱਚਾ ਨਹੀਂ ਹੁੰਦਾ ਹੈਗਾ ਮੈਂ ਕਹਿਣਾ ਜਾ ਉੱਠ ਜਾ ਤੇ ਕੁੱਕੜ ਲੈ ਜਾ ਯਾਰ ਅੱਛੀ ਗੱਲ ਨਹੀਂ ਹੈਗੀ ਲੈ ਜਾ ਆ ਤੇ ਫਿਰ ਤੂੰ ਘਰ ਆਇਆ ਜੀ ਜਾ ਯਾਰ ਲੈ ਜਾ ਇਹਨੂੰ ਲੈ ਤੇਰਾ ਕਰਦੇ ਆ ਫਲਕੀ ਵੀ ਬੰਦਾ ਉਹ ਹੀ ਨਹੀਂ ਜਾਂਦਾ ਮੇਰੀ ਝੋਲੀ ਚੋਂ ਉਹ ਹੀ ਨਹੀਂ ਉਹ ਤਾਂ ਉਹਨੂੰ ਜਾਣ ਡਿਆ ਆ ਲੈ ਆ ਜਾਣ ਡਿਆ ਮੂੰਹ ਕੀਤਾ ਆ ਉਹਨੂੰ ਨਹੀਂ ਜਾਣ ਨਹੀਂ ਜਾਣ ਡਿਆ ਲੈ ਛੱਡ ਗਾ ਜਾਣ ਡਿਆ ਉਹ ਵੀ ਹੱਥ ਪਰੇ ਕਰ ਉਹ ਮੀਆਂ ਸਾਹਿਬ ਨਹੀਂ ਜਾਂਦਾ ਹੱਥ ਤੇ ਪਰੇ ਕਰ ਉਹ ਹੱਥ ਪਰੇ ਕਰ ਅਬੇ ਮੈਂ ਦਿਲ ਨਾਲ ਲਾ ਕੇ ਰੱਖਿਆ ਵਾ ਦਿਲ ਨਾਲ ਇੱਥੇ ਛੱਡ ਹਾਂ ਬਸ ਬਸ ਆ ਲੈ ਗਿਆ ਉਹ ਤੈਨੂੰ ਨੌ ਤੇ ਨਹੀਂ ਲਿਖਦਾ ਹੈਗਾ ਉਹ ਚਲ ਗਿਆ ਉਹ ਉਹਨੇ ਦੱਸਿਆ ਮੈਂ ਚੱਲਾਂ ਮੈਂ ਨਹੀਂ ਆਉਣਾ ਕੀ ਕੋਈ ਗੱਲ ਕੀਤੀ ਹੈ ਜਿਹੜਾ ਚਲਾ ਗਿਆ ਇਹਦੀ ਸੇਵਾ 'ਚ ਕੋਈ ਫਰਕ ਰਹਿ ਗਿਆ ਲੈ ਫਰਕ ਰਹਿ ਗਿਆ ਓਏ ਛੁਰੀ ਫੇਰ ਮੁੰਡਿਆ ਓਏ ਮੈਂ ਬਾਹ ਲਾ ਦੇਣੀ ਤੇਰੀ ਛੁਰੀ ਮੇਰੀ ਨੂੰ ਅੱਜ ਮੇਰੇ ਆ ਲਈਏ
छुरी फेर दो मैं दे देना 1200 रुपया। नहीं शादी हो ओ शादी नहीं फेर दे फेर दे फेर दे ओ ना शादी हो ओ एक मिनट गल तो सुन यार जा रे छुरी फेर ओ गल सुन ओ शादी हो ओ गल सुन